ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ। ਪਹਿਲੀ ਵੀਡੀਓ 'ਚ ਆਪਾਂ ਕਿਸਾਨ ਵੀਰੋ ਦੱਸਿਆ ਸੀਗਾ ਵੇਸਟ ਡੀਕੰਪੋਜ਼ਰ ਦਾ ਜਿਹੜਾ ਸਲਿਊਸ਼ਨ ਆ ਉਹ ਆਪਾਂ ਕਿਵੇਂ ਤਿਆਰ ਕਰਨਾ ਇੱਕ ਸ਼ੀਸ਼ੀ ਤੋਂ। ਹੁਣ ਆਪਾਂ ਇਸ ਵੀਡੀਓ 'ਚ ਦੱਸਾਂਗੇ ਜਿਹੜੇ ਇਹਦੇ ਵੇਸਟ ਡੀਕੰਪੋਜ਼ਰ ਦੇ ਕੀ ਫਾਇਦੇ, ਆਪਾਂ ਕਿੱਥੇ ਇਹਨੂੰ ਜਿਹੜਾ ਹੈਗਾ ਵਰਤ ਸਕਦੇ ਹਾਂ, ਇਹਦੇ ਹੈਰਾਨੀਜਨਕ ਫਾਇਦੇ ਕਿਸਾਨ ਵੀਰੋ ਕੱਲ੍ਹ ਇੱਕ ਇੱਕ ਕਰਕੇ ਤੁਹਾਨੂੰ ਦੱਸੂਗਾ। ਜਿਹਦੇ ਵਿੱਚ ਪਰਾਲੀ ਦਾ ਹੱਲ, ਇੱਕ ਸ਼ੀਸ਼ੀ ਦੇ ਨਾਲ ਆਪਾਂ ਇੱਕ ਏਕੜ ਜਿਹੜਾ ਪਰਾਲੀ ਦਾ ਹੱਲ ਕਰ ਸਕਦੇ ਹਾਂ, ਇੱਕ ਇੱਕ ਕਰਕੇ ਫਾਇਦੇ ਗਿਣਾਓ। ਸੋ ਸਾਰੀ ਵੀਡੀਓ ਜਿਹੜੀ ਐਂਡ ਤੱਕ ਸੁਣ ਲਿਓ। ਸਭ ਤੋਂ ਪਹਿਲਾ ਫਾਇਦਾ ਮਿੱਟੀ ਦੀ ਸਿਹਤ 'ਚ ਸੁਧਾਰ ਲਿਆਉਂਦਾ ਜਦੋਂ ਆਪਾਂ, ਕਿਉਂਕਿ ਕਿਸਾਨ ਵੀਰੋ ਜਿਹੜਾ ਵੇਸਟ ਡੀਕੰਪੋਜ਼ਰ ਦੇ ਰਾਹੀਂ ਆਪਾਂ ਸੂਖਮ ਜੀਵੀ ਜਿਹੜੀ ਜ਼ਮੀਨ ਦੇ ਵਿੱਚ ਐਡ ਕਰ ਰਹੇ ਹਾਂ, ਤਾਂ ਜਿਹੜੇ ਸੂਖਮ ਜੀਵੀ ਹੈ ਜਿਹੜੇ ਆਪਦੀਆਂ ਕਿਰਿਆਵਾਂ ਦੇ ਨਾਲ, ਆਪਦੀਆਂ ਰਸਾਇਣਿਕ ਕਿਰਿਆਵਾਂ ਦੇ ਨਾਲ ਜਿਹੜੇ ਹੈਗੇ ਮਿੱਟੀ ਦੀ ਸਿਹਤ 'ਚ ਸੁਧਾਰ ਲਿਆਉਂਦੇ ਆ, ਜ਼ਮੀਨ ਨੂੰ ਹਵਾਦਾਰ ਬਣਾਉਂਦੇ ਆ, ਉਹਦੇ ਨਾਲ ਜਿਹੜੀ ਹੈਗੀ ਔਰਗੈਨਿਕ ਕਾਰਬਨ ਵੱਧਦੀ, ਕਿਉਂਕਿ ਜਿਹੜੇ ਡੀਕੰਪੋਜੀਸ਼ਨ ਕਰਦੇ ਆ ਜਿਹੜੇ ਵਾਧੂ ਮਿੱਟੀ ਜਿਹੜਾ ਹੈਗਾ ਪਰਾਲੀ ਪਈ ਹੁੰਦੀ ਜਾਂ ਜਿਹੜਾ ਐਗਰੀਕਲਚਰ ਵੇਸਟ ਹੁੰਦਾ, ਉਹਦੇ ਨਾਲ ਪੀਐਚ ਠੀਕ ਹੁੰਦੀ ਆ ਜ਼ਮੀਨ ਦੀ ਮਿੱਟੀ ਦੀ, ਉਹਦੇ ਵਿੱਚ ਪਾਣੀ ਜਿਹੜਾ ਹੈਗਾ ਜੀਰਨ ਸ਼ਕਤੀ ਜਿਹੜੀ ਹੈਗੀ ਆ ਜ਼ਮੀਨ ਦੀ ਵੱਧਦੀ ਹੈ, ਕਈ ਵਾਰੀ ਜਿਹੜਾ ਹੈਗਾ ਜ਼ਮੀਨ 'ਚ ਪਾਣੀ ਖੜਨ ਲੱਗ ਪੈਂਦਾ, ਉਹਦੇ ਵਿੱਚ ਬੜਾ ਫਾਇਦਾ ਕਰਦੇ ਆ। ਸੋ ਜਿਹੜੇ ਕਿਸਾਨ ਵੀਰ ਕੁਦਰਤੀ ਖੇਤੀ ਕਰਦੇ ਉਹ 1000 ਲੀਟਰ ਤੱਕ ਜਿਹੜਾ ਪਰ ਏਕੜੇ ਨੂੰ ਵਰਤਦੇ ਆ ਸੋਲਿਊਸ਼ਨ ਨੂੰ, ਅਤੇ ਉਹਨਾਂ ਨੂੰ ਜਿਹੜਾ ਹੈਗਾ ਜਿਹੜੀਆਂ ਮਿੱਟੀ ਦੀਆਂ ਪ੍ਰੋਪਰਟੀਜ਼ ਦੇ ਵਿੱਚ ਬਹੁਤ ਸੁਧਾਰ ਦੇਖਣ ਨੂੰ ਮਿਲਿਆ, ਅਤੇ ਬਹੁਤ ਜਿਹੜੀ ਹੈਗੀ ਆ ਮਿੱਟੀ ਹਵਾਦਾਰ ਪੋਲੀ ਹੋ ਜਾਂਦੀ ਹੈ ਇਹਦੇ ਨਾਲ। ਦੂਜਾ ਫਾਇਦਾ ਕਿਸਾਨ ਵੀਰੋ ਆਪਾਂ ਇਹਨੂੰ ਲੈ ਵਰਤ ਸਕਦੇ ਹਾਂ ਬੀਜ ਦੀ ਸੋਧ ਵਾਸਤੇ। ਬੀਜ ਦੀ ਸੋਧ ਵਾਸਤੇ ਜਿਹੜਾ ਵੇਸਟ ਡੀਕੰਪੋਜ਼ਰ ਦਾ ਆਪਾਂ ਸੋਲਿਊਸ਼ਨ ਤਿਆਰ ਕਰਦੇ ਹਾਂ, ਉਹਨੂੰ ਆਪਾਂ ਕਿਸੇ ਵੀ ਬੀਜ 'ਤੇ, ਕਿਸੇ ਉਹ ਸਬਜ਼ੀ ਦਾ ਬੀਜ ਆ, ਕਿਸੇ ਫਸਲ ਦਾ ਬੀਜ ਆ, ਅਨਾਜ ਵਾਲੀ ਦਾ, ਉਹਨੂੰ ਆਪਾਂ ਬੀਜ ਨੂੰ ਖਿਲਾਰ ਕੇ ਉਹਦੇ ਉੱਪਰ ਜਿਹੜਾ ਸੋਲਿਊਸ਼ਨ ਸਪਰੇਅ ਕਰ ਦੇਣਾ, ਅਤੇ ਉਹਨੂੰ ਅੱਧਾ ਘੰਟਾ ਜਿਹੜਾ ਬੀਜ ਨੂੰ ਛਾਵੇਂ ਆਪਾਂ ਪਿਆ ਰਹਿਣ ਦੇਣਾ, ਉਸ ਤੋਂ ਬਾਅਦ ਉਹਦੀ ਆਪਾਂ ਬਿਜਾਈ ਕਰ ਸਕਦੇ ਹਾਂ। ਇਹਦੇ ਨਾਲ ਬੀਜ ਦੀ ਉੱਗਣ ਸ਼ਕਤੀ ਵੱਧਦੀ ਆ, ਅਤੇ ਜਿਹੜਾ ਬੂਟੇ ਦਾ ਵਿਕਾਸ ਆ ਉਹ ਤੇਜ਼ੀ ਨਾਲ ਹੁੰਦਾ, ਦੂਜੇ ਬੀਜ ਦੇ ਮੁਕਾਬਲੇ ਜਿਹਨੂੰ ਆਪਾਂ ਨਹੀਂ ਇਹਦੇ ਨਾਲ ਟ੍ਰੀਟ ਕੀਤਾ ਉਹਦੇ ਨਾਲ ਜਿਹੜਾ 1-2 ਦਿਨ ਦਾ ਫਰਕ ਜਿਹੜਾ ਉੱਗਣ ਦਾ ਪੈ ਸਕਦਾ ਹੈਗਾ। ਤੀਜਾ ਕਿਸਾਨ ਵੀਰੋ ਆਪਾਂ ਇਹਨੂੰ ਕੰਪੋਸਟ ਤਿਆਰ ਕਰਨ ਵਾਸਤੇ, ਜਿਹੜਾ ਆਪਣਾ ਕੋਈ ਰਸੋਈ ਦਾ ਵੇਸਟ ਹੈ, ਚਾਹੇ ਆਪਣਾ ਐਗਰੀਕਲਚਰ ਵੇਸਟ ਹੈ, ਚਾਹੇ ਉਹ ਪਸ਼ੂਆਂ ਦਾ ਗੋਹਾ ਹੈ, ਮਲ ਮੂਤਰ ਹੈ, ਉਹ ਤੋਂ ਆਪਾਂ ਬਹੁਤ ਵਧੀਆ ਕੰਪੋਸਟ ਵੇਸਟ ਡੀਕੰਪੋਜ਼ਰ ਨਾਲ ਤਿਆਰ ਕਰ ਸਕਦੇ ਹਾਂ। ਉਹਦਾ ਜਿਹੜਾ ਹੈਗਾ ਢੰਗ ਥੋੜ੍ਹਾ ਜਿਹਾ ਤੁਹਾਨੂੰ ਮੈਂ ਦੱਸ ਦਿੰਦਾ, ਉਹਦੇ ਵਾਸਤੇ ਆਪਾਂ ਪੱਕੀ ਫਰਸ਼ 'ਤੇ ਜਾਂ ਇੱਕ ਤਰਪਾਲ ਵਿਛਾ ਕੇ ਉਹਦੇ ਉੱਤੇ ਜਿਹੜਾ ਹੈਗਾ ਇਹ ਬਾਇਓ ਵੇਸਟ ਦਾ ਆਪਾਂ ਮਤਲਬ ਇੱਕ 6 ਤੋਂ 8 ਇੰਚ ਤਹਿ ਬਣਾ ਲਈਏ, ਅੰਦਾਜ਼ਨ 10 ਕੁਇੰਟਲ ਦੀ ਇੱਕ ਤਹਿ, 1 ਟਨ ਦੀ ਆਪਾਂ ਬਣਾ ਲਈਏ 6 ਤੋਂ 8 ਇੰਚ, ਖਿਲਾਰ ਕੇ ਉਹਨੂੰ ਉਹਦੇ ਉੱਪਰ ਜਿਹੜਾ ਇਹਨੂੰ ਸੋਲਿਊਸ਼ਨ ਨੂੰ ਸਪਰੇਅ ਕਰ ਦਿਓ, ਫਿਰ ਉੱਤੇ ਇੱਕ ਤਹਿ ਲਾ ਦਿਓ, ਉਹਦੇ ਉੱਪਰ ਫਿਰ ਸੋਲਿਊਸ਼ਨ ਨੂੰ ਸਪਰੇਅ ਕਰ ਦਿਓ, ਇਸ ਤਰ੍ਹਾਂ ਜਿਹੜੀਆਂ ਆਪਾਂ 3-4 ਤੱਕ ਤਹਿਆਂ ਲਾ ਕੇ ਅਤੇ ਉਹਨੂੰ ਜਿਹੜਾ ਹੈਗਾ ਪਿਆ ਰਹਿਣ ਦਿਓ। ਉਹਦੇ ਵਿੱਚ ਆਪਾਂ ਜਿਹੜਾ 60% ਤੱਕ ਜਿਹੜਾ ਮੋਇਸਚਰ ਅੰਦਾਜ਼ਨ ਜਿਹੜਾ ਉਹਦੇ ਉੱਤੇ ਪਾਣੀ ਦਾ ਮਤਲਬ ਸੁੱਕਣ ਨਹੀਂ ਦੇਣਾ ਗਾ ਉਹ ਢੇਰ ਨੂੰ, ਅਤੇ 5-7 ਦਿਨਾਂ ਬਾਅਦ ਉਲਟਾਉਂਦੇ ਰਹੋ। ਆਪਾਂ 30 ਤੋਂ 40 ਦਿਨ 'ਚ ਇੱਕ ਬਹੁਤ ਵਧੀਆ ਜਿਹੜੀ ਕੰਪੋਸਟ ਤਿਆਰ ਹੁੰਦੀ, ਜਿਹਦੇ ਵਿੱਚ ਸਾਰੇ ਤਰ੍ਹਾਂ ਦੇ ਮੈਕਰੋ ਅਤੇ ਮਾਈਕਰੋ ਨਿਊਟ੍ਰੀਐਂਟ ਵੱਡੇ ਅਤੇ ਛੋਟੇ ਤੱਤ ਹੁੰਦੇ, ਅਤੇ ਖੇਤੀ ਦੇ ਵਿੱਚ ਆਪਾਂ ਉਹਨੂੰ ਵਰਤ ਸਕਦੇ ਹਾਂ। ਚੌਥਾ ਕਿਸਾਨ ਵੀਰੋ ਜਿਹੜਾ ਬਹੁਤ ਵਧੀਆ ਫਾਇਦਾ ਹੁੰਦਾ, ਇਹਨੂੰ ਆਪਾਂ ਬਾਇਓ ਪੈਸਟੀਸਾਈਡ ਦੇ ਤੌਰ 'ਤੇ ਜਿਹੜਾ ਹੈਗਾ ਵੇਸਟ ਡੀਕੰਪੋਜ਼ਰ ਨੂੰ ਵਰਤ ਸਕਦੇ ਹਾਂ। ਕਈ ਤਰ੍ਹਾਂ ਦੀਆਂ ਜਿਹੜੀਆਂ ਉੱਲੀ ਅਤੇ ਵਾਇਰਸ ਰਾਹੀਂ ਜਿਹੜੇ ਲੱਗਣ ਵਾਲੇ ਰੋਗ ਆ, ਉਹਨਾਂ ਤੋਂ ਵੇਸਟ ਡੀਕੰਪੋਜ਼ਰ ਜਿਹੜਾ ਸੋਲਿਊਸ਼ਨ ਆ ਉਹ ਤੋਂ ਫਾਇਦਾ ਮਿਲਦਾ, ਜੇ ਆਪਾਂ ਇਹ ਫਸਲ ਦੇ ਉੱਤੇ ਜਿਹੜਾ ਐਕਟਿਵ ਟਿਲਰਿੰਗ ਸਟੇਜ ਆ ਜਾਂ ਜਿਹੜੇ ਆਪਾਂ ਕਹਿ ਦਈਏ ਫਟਾਰੇ ਦੀ ਜਾਂ ਵਾਧੇ ਦੀ ਸਟੇਜ ਆ ਕਿਸੇ ਵੀ ਫਸਲ 'ਤੇ, ਆਪਾਂ ਉਦੋਂ 3-4 ਸਪਰੇਆਂ ਘੱਟੋ ਘੱਟ ਕਰੀਏ 10-12 ਦਿਨ ਦੇ ਗੈਪ 'ਤੇ ਇਹਦੀਆਂ ਸੋਲਿਊਸ਼ਨ ਦੀਆਂ, ਤਾਂ ਫਿਰ ਆਪਾਂ ਨੂੰ ਬਹੁਤ ਵਧੀਆ ਜਿਹੜੇ ਹੈਗੇ ਆ ਉੱਲੀ ਨਾਸ਼ਕ ਦੇ ਅਤੇ ਜਿਹੜੀਆਂ ਵਾਇਰਸ ਨਾਲ ਲੱਗਣ ਵਾਲੇ ਰੋਗਾਂ ਤੋਂ ਕਾਫੀ ਹੱਦ ਤੱਕ ਜਿਹੜਾ ਹੈਗਾ ਫਾਇਦਾ ਮਿਲਦਾ। ਘੱਟੋ ਘੱਟ ਮਹੀਨੇ, ਜੇ ਆਪਾਂ 3-4 ਸਪਰੇਆਂ ਲਗਾਤਾਰ ਨਹੀਂ ਕਰ ਸਕਦੇ, ਘੱਟੋ ਘੱਟ ਮਹੀਨੇ 'ਚ ਫਸਲ 'ਤੇ ਜਦੋਂ ਵਾਧਾ ਹੋ ਰਿਹਾ ਤਾਂ 1 ਸਪਰੇਅ ਜ਼ਰੂਰ ਇਹਦੀ ਕਰਨੀ ਚਾਹੀਦੀ, ਜੇ ਆਪਾਂ ਇਹਦਾ ਫਾਇਦਾ ਲਾਉਣਾ ਚਾਹੁੰਦੇ ਹਾਂ ਜਾਂ ਜਿਹੜੇ ਕਿਸਾਨ ਵੀਰ ਵਰਤਦੇ ਆ ਤਾਂ ਇਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈਗਾ 3-4 ਸਪਰੇਅ ਘੱਟੋ ਘੱਟ ਇੱਕ ਫਸਲ 'ਤੇ ਹੋਣ ਜੇ ਆਪਾਂ ਫਾਇਦਾ ਲੈਣਾ ਚਾਹੁੰਦੇ ਹਾਂ ਤਾਂ। ਇਦੋਂ ਬਾਅਦ ਇਹਦੇ ਵਾਸਤੇ ਤੁਹਾਨੂੰ ਮੈਂ ਇੱਕ ਜਿਹੜਾ ਨੁਕਤਾ ਧਿਆਨ ਰੱਖਣ ਯੋਗ ਆ ਵੀ 1/3 ਦਾ ਸੋਲਿਊਸ਼ਨ ਵਰਤਣਾ, ਜੇ ਆਪਾਂ ਬਾਇਓ ਪੈਸਟੀਸਾਈਡ ਦੇ ਤੌਰ 'ਤੇ ਵਰਤਦੇ ਹਾਂ, ਵੀ 1 ਲੀਟਰ ਜਿਹੜਾ ਸੋਲਿਊਸ਼ਨ ਆਪਣਾ ਤਿਆਰ ਆ ਉਹਨੂੰ ਲੈ ਕੇ 3 ਲੀਟਰ ਉਹਦੇ ਵਿੱਚ ਪਾਣੀ ਪਾ ਕੇ ਫਿਰ ਆਪਾਂ ਉਹਨੂੰ ਸਪਰੇਅ ਕਰਨਾ। ਇਹਦੇ ਵਾਸਤੇ ਜੜ੍ਹਾਂ ਦੇ ਗਾਲੇ ਤੋਂ, ਜਿਵੇਂ ਕਿੰਨੂਆਂ ਦੇ ਵਿੱਚ ਜੜ੍ਹਾਂ ਦਾ ਗਾਲਾ ਜਾਂ ਵੈਲਟ ਰੋਗ ਲੱਗਦਾ ਆਮ ਫਸਲਾਂ ਜਿਵੇਂ ਨਰਮਾ, ਮਿਰਚਾਂ, ਟਮਾਟਰ, ਬੈਂਗਣ ਆਦਿ ਵਗੈਰਾ ਹੋ ਗਿਆ, ਇਸ ਤੋਂ ਇਲਾਵਾ ਆਪਾਂ ਇਹਨਾਂ ਨੂੰ ਹੋਰ ਫਸਲਾਂ ਜਿਹੜੀਆਂ 'ਚ ਵਰਤ ਸਕਦੇ ਹਾਂ, ਆਲੂ, ਮੂੰਗਫਲੀ, ਮੱਕੀ, ਲਸਣ, ਪਿਆਜ਼, ਕਿਸੇ ਵੀ ਤਰ੍ਹਾਂ ਦਾ ਕਿਸੇ ਕੋਈ ਵੀ ਫਸਲ ਆਪਾਂ ਉਹ 'ਤੇ ਜਿਹੜਾ ਵੇਸਟ ਡੀਕੰਪੋਜ਼ਰ ਆ ਕਿਸਾਨ ਵੀਰ ਉਹ ਵਰਤ ਸਕਦੇ ਹਾਂ। ਅੱਗੇ ਜਿਹੜਾ ਹੁਣ ਤੁਹਾਨੂੰ ਦੱਸਿਆ ਸੀ ਮੈਂ ਪਰਾਲੀ ਦਾ ਹੱਲ, ਜਿਹੜਾ ਆਪਾਂ ਬਹੁਤ ਜਿਹੜੀ ਵੱਡੀ ਸਮੱਸਿਆ ਪਰਾਲੀ ਵਾਸਤੇ, ਆਮ ਕਿਸਾਨ ਵੀਰ ਵੀ ਪੁੱਛ ਰਿਹਾ ਕਿ ਵੇਸਟ ਡੀਕੰਪੋਜ਼ਰ ਦਾ ਕੀ ਫਾਇਦਾ ਜੀ, ਤੁਹਾਨੂੰ ਦੱਸਦਾ ਕਿਸਾਨ ਵੀਰੋ ਵੇਸਟ ਡੀਕੰਪੋਜ਼ਰ ਨਾਲ ਜਿਹੜੀ ਹੈਗੀ ਪਰਾਲੀ ਜਿਹੜੀ ਜ਼ਮੀਨ ਆਪਣੇ ਪੈਲੀ 'ਚ ਰਹਿ ਜਾਂਦੀ ਹੈ ਉਹਦੀ ਆਪਾਂ ਗਲਣ ਦੀ ਸਪੀਡ ਤੇਜ਼ ਕਰ ਸਕਦੇ ਹਾਂ ਇਹਨੂੰ ਸਪਰੇਅ ਕਰਕੇ। 200 ਲੀਟਰ ਸੋਲਿਊਸ਼ਨ ਜਿਹੜਾ ਆਪਾਂ ਤਿਆਰ ਕਰਦੇ ਹਾਂ 1 ਏਕੜ 'ਚ ਆਪਾਂ ਸਪਰੇਅ ਕਰ ਸਕਦੇ ਹਾਂ ਉੱਤੇ, ਬਸ਼ਰਤੇ ਕਿ ਉਹਦੇ ਵਿੱਚ ਜਿਹੜਾ ਹੈਗਾ ਪਾਣੀ ਆਪਾਂ ਨੂੰ 1 ਵਾਰੀ ਜ਼ਰੂਰ ਲਾਉਣਾ ਪਊਗਾ। ਕਈ ਕਿਸਾਨ ਵੀਰ ਪੁੱਛ ਰਹੇ ਜੀ ਇਹਨੂੰ ਉੱਤੇ ਸਪਰੇਅ ਕਰਕੇ ਅਤੇ ਉਹਦੇ ਨਾਲ ਹੋ ਜਾਊਗਾ,
ਪਰ ਨਹੀਂ ਉਹਦੇ ਵਿੱਚ ਕਿਉਂਕਿ ਤੇ ਉੱਪਰ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਵੀ 60% ਮੋਇਸਚਰ ਘੱਟੋ ਘੱਟ ਚਾਹੀਦਾ, ਫਿਰ ਜਿਹੜੀ ਹੈਗੀ ਆ ਉਹਦੀ ਡੀਕੰਪੋਜੀਸ਼ਨ ਆ ਜਿਹੜੀ ਉਹਦੀ ਸ਼ੁਰੂ ਹੁੰਦੀ ਆ, ਅਤੇ ਫਿਰ ਜਿਹੜੀ ਹੈਗੀ ਗਾਲਾ ਸ਼ੁਰੂ ਹੁੰਦਾ ਗਲਣਾ ਪਰਾਲੀ ਦਾ। ਸੋ ਇੱਕ ਵਾਰੀ ਪਾਣੀ ਆਪਾਂ ਨੂੰ ਜ਼ਰੂਰ ਲਾਉਣਾ ਪਊਗਾ ਜੇ ਆਪਾਂ ਉੱਤੇ ਸਪਰੇਅ ਕਰਕੇ, ਅਤੇ ਪਾਣੀ ਲਾਈਏ ਫਿਰ ਜਿਹੜੀ ਹੈਗੀ ਪਰਾਲੀ ਇਹਦੇ ਨਾਲ ਵਧੀਆ ਢੰਗ ਨਾਲ ਜਿਹੜੀ ਹੈਗੀ ਹੈ ਆਪਣੀ ਗਲੂਗੀ, ਅਤੇ ਆਪਣਾ ਪਰਾਲੀ ਦਾ ਜਿਹੜਾ ਹੈਗਾ ਹੱਲ ਬਹੁਤ ਵਧੀਆ ਢੰਗ ਨਾਲ ਆਪਾਂ ਜਿਹੜਾ ਵੇਸਟ ਡੀਕੰਪੋਜ਼ਰ ਦੇ ਨਾਲ ਕਰ ਸਕਦੇ ਹਾਂ। ਇਦੋਂ ਅੱਗੇ ਆਪਾਂ ਇਹਨੂੰ ਡ੍ਰਿਪ ਇਰੀਗੇਸ਼ਨ ਵਾਸਤੇ, ਜਿਹੜੇ ਕਿਸਾਨ ਵੀਰਾਂ ਦੇ ਸਬਜ਼ੀਆਂ ਦੀ ਖੇਤੀ ਕਰਦੇ ਉਹ 'ਚ ਡ੍ਰਿਪ ਲੱਗੀ ਆ, ਤਾਂ ਉਹ ਡ੍ਰਿਪ ਇਰੀਗੇਸ਼ਨ ਦੇ ਰਾਹੀਂ ਆਪਾਂ 200 ਲੀਟਰ ਸੋਲਿਊਸ਼ਨ ਪਰ ਏਕੜ ਜੇ ਦੇਈਏ ਤਾਂ ਉਹ ਇੱਕ ਬਹੁਤ ਵਧੀਆ ਖਾਦ ਅਤੇ ਜਿਹੜਾ ਹੈਗਾ ਉੱਲੀ ਰੋਗਾਂ ਤੋਂ ਜਾਂ ਵਾਇਰਸ ਵਾਲੇ ਰੋਗਾਂ ਤੋਂ ਜਿਹੜਾ ਹੈਗਾ ਬਚਾ ਸਕਦੇ ਹਾਂ। ਫਿਰ ਲਾਸਟ ਤੇ ਤੁਹਾਨੂੰ ਦੱਸ ਦਈਏ ਵੀ ਇੰਨੇ ਚਾਰ ਪੰਜ ਛੇ ਫਾਇਦਿਆਂ ਤੋਂ ਬਾਅਦ ਇਹਨੂੰ ਕਈ ਕਿਸਾਨ ਵੀਰ ਵੈਸੇ ਮੇਰੇ ਤੋਂ ਪੁੱਛ ਰਹੇ ਸੀ, ਕਈ ਤਰ੍ਹਾਂ ਦੀਆਂ ਵੀਡੀਓ ਉਹਨਾਂ ਨੇ ਦੇਖੀਆਂ ਹੋਣੀਆਂ ਵੀ ਵੇਸਟ ਡੀਕੰਪੋਜ਼ਰ ਦੇ ਫਾਇਦੇ ਆਹ ਜੀ। ਕਿਸਾਨ ਵੀਰ ਜੇ ਆਪਾਂ ਵਧੀਆ ਫਾਇਦਾ ਲੈਣਾ ਹੁੰਦਾ ਤਾਂ ਆਪਾਂ ਨੂੰ ਜਿਹੜਾ ਹੈਗਾ ਸੋਲਿਊਸ਼ਨ ਠੀਕ ਢੰਗ ਨਾਲ ਬਣਾਉਣਾ ਚਾਹੀਦਾ, ਅਤੇ ਉਹਦੀ ਜਿਹੜੀ ਹੈਗੀ ਸਪਰੇਅ ਜਿਵੇਂ ਦੱਸਿਆ 3-4 ਸਪਰੇਅਾਂ ਘੱਟੋ ਘੱਟ, ਜੇ ਸਪਰੇਅ ਨਹੀਂ ਕਰ ਸਕਦੇ ਤਾਂ ਜਿਹੜਾ ਹੈਗਾ ਉਹਦੇ ਪਾਣੀ ਦੇ ਨਾਲ ਆਪਾਂ ਜਿਹੜਾ ਡ੍ਰਿਪ ਇਰੀਗੇਸ਼ਨ ਨਾਲ ਜਾਂ ਜਿਹੜਾ ਆਪਾਂ ਸਿੰਜਾਈ ਕਰਦੇ ਉਹਦੇ ਰਾਹੀਂ ਜਿਹੜਾ ਹੈਗਾ ਐਡ ਕਰਨਾ ਚਾਹੀਦਾ। ਅਤੇ ਜਿੱਥੇ ਵੀ ਆਪਾਂ ਵੇਸਟ ਡੀਕੰਪੋਜ਼ਰ ਜੇ ਲਗਾਤਾਰ ਵਰਤਦੇ ਹਾਂ ਤਾਂ ਉਹਦੇ ਨਾਲ ਜਿਹੜੇ ਕੈਮੀਕਲ ਖਾਦਾਂ 40% ਤੱਕ, 40 ਤੋਂ 60% ਤੱਕ ਜਿਹੜੀਆਂ ਹੈਗੀਆਂ ਘੱਟ ਪਾਉਣੀਆਂ ਚਾਹੀਦੀਆਂ ਜੇ ਆਪਾਂ ਲਗਾਤਾਰ ਵਰਤਣ ਲੱਗ ਪਈਏ। ਸੋ ਕਿਸਾਨ ਵੀਰਾਂ ਨੂੰ ਮੈਂ ਇਹੀ ਅਪੀਲ ਕਰੂੰਗਾ ਵੀ ਇਹਦੀ ਹੌਲੀ ਹੌਲੀ ਜੇ ਆਪਾਂ ਵਰਤੋਂ ਆਪਦੇ ਖੇਤਾਂ ਦੇ ਵਿੱਚ ਸ਼ੁਰੂ ਕਰੀਏ, ਪੂਰੀ ਤਰ੍ਹਾਂ ਔਰਗੈਨਿਕ ਤਾਂ ਨਹੀਂ ਕਹਿ ਸਕਦਾ, ਪਰ ਜੇ ਆਪਾਂ ਕੈਮੀਕਲ ਖੇਤੀ ਦੇ ਨਾਲ ਵੀ ਵੇਸਟ ਡੀਕੰਪੋਜ਼ਰ ਦੀ ਵਰਤੋਂ ਜਿਹੜੀ ਹੈਗੀ ਆ, ਕੈਮੀਕਲ ਖੇਤੀ ਦੇ ਵਿੱਚ ਵੀ ਜਿਹੜੀ ਹੈਗੀ ਇਹਦੀ ਨਾਲ ਵੇਸਟ ਡੀਕੰਪੋਜ਼ਰ ਦੀ ਵਰਤੋਂ ਸ਼ੁਰੂ ਕਰੀਏ ਤਾਂ ਹੌਲੀ ਹੌਲੀ ਜਿਹੀ ਖਾਦਾਂ ਦੀ ਵਰਤੋਂ ਜਿਹੜੀ ਹੈਗੀ 60% ਤਾਈਂ ਆਪਾਂ ਯੂਰੀਆ DAP ਦੀ ਘਟਾ ਸਕਦੇ ਹਾਂ। ਸੋ ਉਮੀਦ ਆ ਕਿ ਤੁਹਾਨੂੰ ਜਿਹੜੀ ਹੈਗੀ ਵੀਡੀਓ ਚੰਗੀ ਲੱਗੀ, ਤਾਂ ਚੰਗੀ ਲੱਗੇ ਤਾਂ ਅੱਗੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਬਹੁਤ ਬਹੁਤ ਜਿਹੜਾ ਧੰਨਵਾਦ ਆ ਕਿਸਾਨ।